ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਕਰਦੇ ਹਾਂ ਥਾਰ ਦਾ ਰਿਵਿਊ ਅਤੇ ਦੇਖਦੇ ਹਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਕੰਪਨੀ ਵੱਲੋਂ ਆਉਂਦੀਆਂ ਨੇ ਅਤੇ ਕੀ ਕੀ ਆਪਾਂ ਬਾਅਦ ਕਰਵਾ ਸਕਦੇ ਹਾਂ ਜੀ। ਤਾਂ ਆਪਾਂ ਸਟਾਰਟ ਕਰਦੇ ਹਾਂ ਇਹਦੇ ਬੰਪਰ ਤੋਂ। ਬੰਪਰ ਇਹਦਾ ਲੋਹੇ ਦੀ ਹੈਗਾ ਅਤੇ ਉਹਦੇ ਉੱਤੇ ਲੱਗੀ ਹੁੰਦੀ ਪਲਾਸਟਿਕ ਦੀ ਲੱਗੀ ਹੁੰਦੀ ਹੈਗੀ ਅਤੇ ਆਪਾਂ ਨੂੰ ਲਾ ਰੱਖੀ ਹੈਗੀ ਜੀ ਅਤੇ ਔਰ ਥਾਰ ਲਿਖਿਆ ਹੋਇਆ ਹੈਗਾ। ਅਤੇ ਇਹ PV 65 ਨੰਬਰ ਆਪਾਂ ਸੈਕਿੰਡ ਹੈਂਡ ਲਿੱਤੀ ਸੀਗੀ ਅਤੇ ਇਹਦੀਆਂ ਆਹ ਹੈੱਡਲਾਈਟ ਕੰਪਨੀ ਵੱਲੋਂ ਹੁੰਦੀਆਂ ਨੇ ਅਤੇ ਗ੍ਰਿਲ ਕੰਪਨੀ ਵੱਲੋਂ ਹੁੰਦੀਆਂ, ਪਰ ਆਫਟਰ ਮਾਰਕੀਟ ਦੇ ਵਿੱਚ ਆਪਸ਼ਨ ਬਹੁਤ ਹੁੰਦੇ ਨੇਗੇ, ਆਪਾਂ ਗ੍ਰਿਲ ਚੇਂਜ ਕਰਾ ਸਕਦੇ, ਲਾਈਟਾਂ ਇਹਦੇ ਹੋਰ ਪਵਾ ਸਕਦੇ ਹਾਂਗੇ। ਅਤੇ ਆ ਗਏ ਦੇ ਇੰਡੀਕੇਟਰ ਅਤੇ ਪਾਰਕਿੰਗ ਲਾਈਟਾਂ ਆ ਗਈਆਂ ਅਤੇ ਉਸ ਤੋਂ ਬਾਅਦ ਦੇ ਟਾਇਰ ਟਾਇਰ ਆਫਟਰ ਮਾਰਕੀਟ ਪਵਾਏ ਹੋਏ ਨੇਗੇ। ਇਹਦੇ ਵਿੱਚ ਅਲੋਏ ਵੀਲ ਦਾ ਆਪਸ਼ਨ ਵੀ ਆਉਂਦਾ ਹੈਗਾ ਅਤੇ ਆ ਵੀ ਰਿਮ ਵੀ ਪਵਾ ਸਕਦੇ ਆਪਾਂ। ਇਹਦੇ AT ਟਾਇਰ ਨੇਗੇ, ਆਲ ਟ੍ਰੇਨ ਟਾਇਰ। ਅਤੇ ਅੱਗੇ ਆਪਾਂ ਚੱਲਦੇ ਹਾਂਗੇ ਅਤੇ ਥਾਰ ਰੂਲ ਲਿਖਿਆ ਹੋਇਆ ਅਤੇ CID ਇਹਦੇ ਵਿੱਚ ਇੰਜਣ ਆਉਂਦਾ ਹੈਗਾ। ਅਤੇ ਉੱਪਰ ਆਪਣੇ ਆਹ ਲਾਈਟਾਂ ਇਹ ਆਪਣੇ ਬਾਹਰੋਂ ਲਵਾਈਆਂ ਹੋਈਆਂ ਨੇਗੀਆਂ। ਅਤੇ ਆਹ ਮਹਿੰਦਰਾ ਦਾ ਲੋਗੋ, ਤਾਂ ਇਹਦੇ ਵਾਈਪਰ ਆ ਗਏ ਅਤੇ ਆਹ ਸਾਈਡ ਮਿਰਰ ਦਿੱਤਾ ਹੋਇਆ ਹੈਗਾ ਅਤੇ ਆਹ ਇਹਦੇ ਡੋਰ। ਅਤੇ ਕੰਪਨੀ ਵੱਲੋਂ ਇਹਦੇ ਵਿੱਚ ਇਕੱਲੀ ਤਰਪਾਲ ਆਉਂਦੀ ਹੈ ਜੇ ਆਪਾਂ ਨੇ ਇਹ ਸੈਮੀ ਹਾਰਡ ਟੋਪ ਕਰਵਾਈ ਹੈਗੀ 4x4 ਦੀ ਬੈਜਿੰਗ, ਬੈਕ ਲਾਈਟਸ, ਇੰਡੀਕੇਟਰ, ਥਾਰ CID। ਅਤੇ ਆਹ ਫਰੈਂਡਸ ਮੋਟਰ ਮੋਗਾ ਤੋਂ ਆਪਣੇ ਇਹ ਕਰਵਾਈ ਹੈਗੀ ਤਿਆਰ। ਅਤੇ ਆਪਣਾ ਇੰਸਟਾਗ੍ਰਾਮ ਤੁਸੀਂ ਫੋਲੋ ਕਰ ਸਕਦੇ ਹੋਗੇ। ਅਤੇ ਆਹ ਬੈਕ ਹੁੱਕ ਲੱਗੀ ਹੋਈ ਹੈਗੀ ਇਹਦੇ ਅਤੇ ਆਹ ਚੜ੍ਹਨ ਵਾਸਤੇ ਉਰੇ ਲੱਗੇ ਹੋਏ ਹੈਗਾ। ਬਾਕੀ ਤੁਸੀਂ ਦੇਖ ਸਕਦੇ ਹੋਗੇ ਇਹਦੇ ਬੈਕ ਬੰਪਰ ਨੇ ਉਹ ਪਲਾਸਟਿਕ ਦੇ ਨੇਗੇ ਅਤੇ ਸਾਈਡ ਮਗਰਾਟ ਵੀ ਫਾਈਬਰ ਦੇ ਵਿੱਚ ਆਉਂਦੇ ਨੇਗੇ ਅਤੇ ਆ ਚੜ੍ਹਨ ਲਈ ਦਿੱਤੇ ਹੋਏ ਨੇਗੇ। ਤੁਹਾਨੂੰ ਦਿਖਾਉਂਦੇ ਆਪਾਂ ਅੰਦਰੋਂ ਗੱਡੀ ਕਿਵੇਂ ਦੀ ਹੈਗੀ। ਡਰਾਈਵਰ ਸਾਈਡ ਤੋਂ ਆ ਥੱਲੇ ਲੱਗੇ ਹੋਏ ਸਪੀਕਰ, ਆ ਪਾਵਰ ਵਿੰਡੋ ਦੇ ਆਪਸ਼ਨ ਨੇਗੇ ਅਤੇ ਉਰੋਂ ਟਾਕੀ ਖੁੱਲ੍ਹਦੀ ਹੈਗੀ। ਅਤੇ ਅੱਗੇ ਆਪਾਂ ਦੇਖਦੇ ਹਾਂ ਇਹਦੇ ਮੀਟਰ ਅਤੇ 160 ਦੀ ਸਪੀਡ ਆਉਂਦੀ ਹੈ ਅਤੇ 60 ਲੀਟਰ ਦੀ ਇਹਦੀ ਡੀਜ਼ਲ ਟੈਂਕ ਹੈਗੀ। ਦੇਖ ਸਕਦੇ ਹੋ ਤੁਸੀਂ ਅੱਗੇ ਗਰਾਸ ਮੈਟਿੰਗ ਹੋਈ ਹੋਈ ਹੈਗੀ ਅਤੇ ਆਹ 4x4 ਦਾ ਗੇਅਰ ਅਤੇ ਨੋਰਮਲ ਗੇਅਰ ਅਤੇ ਆਹ ਇਹਦੇ ਹੈਂਡ ਬ੍ਰੇਕ, ਕੱਪ ਹੋਲਡਰ ਨੇ ਦੋ ਅਤੇ ਆਹ ਥੱਲੇ ਐਂਪ ਦਰਾਇਆ ਹੋਇਆ ਆਪਾਂ ਨੇ ਅਤੇ ਆਪਾਂ ਕਰੀਮ ਦੇ ਵਿੱਚ ਇਹਦਾ ਸਾਰਾ ਇੰਟੀਰੀਅਰ ਕਰਾਇਆ ਹੈਗਾ ਅਤੇ ਅੱਗੇ ਉੱਪਰ ਸਨਰੂਫ ਹੈਗੀ, ਆ ਉੱਪਰ ਲਾਈਟ ਦਿੱਤੀ ਹੋਈ ਹੈਗੀ, ਮਿਰਰ ਵਗੈਰਾ ਅਤੇ ਆਹ ਸਨਸ਼ੀਲਡਸ ਨੇਗੇ ਅਤੇ ਕਨੇਡਾ ਦਾ ਝੰਡਾ। ਅਤੇ ਹੁਣ ਆਪਾਂ ਚੱਲਦੇ ਹਾਂਗੇ ਇਧਰਲੀ ਸਾਈਡ ਅਤੇ ਤੁਸੀਂ ਦੇਖ ਸਕਦੇ ਇੱਧਰ ਇੱਕ ਇੱਧਰਲੀ ਵਿੰਡੋ 'ਤੇ ਦਿੱਤਾ ਹੋਇਆ ਅਤੇ ਉੱਧਰ ਦੋਨੇ ਵਿੰਡੋ 'ਤੇ ਦਿੱਤਾ ਹੋਏਗਾ ਅਤੇ ਇਹਦਾ AC ਵੈਂਟ ਹੈਗਾ, ਦੋ AC ਵੈਂਟ ਵਿਚਾਲੇ ਦਿੱਤੇ ਹੋਏ ਨੇ, ਇੱਕ ਡਰਾਈਵਰ ਸਾਈਡ ਹੈਗਾ, 4 AC ਵੈਂਟ ਦਿੱਤੇ ਜਾਂਦੇ ਨੇ ਇਹਦੇ ਵਿੱਚ। ਅਤੇ ਆਹ ਉਰੋਂ ਆਪਾਂ ਹੀਟਰ ਵਗੈਰਾ ਔਨ ਕਰ ਸਕਦੇ, AC ਦਾ ਕੰਟਰੋਲ ਇੱਥੇ ਨੇਗੇ ਅਤੇ ਆਹ ਕੂਲਿੰਗ ਦੇ ਕੰਟਰੋਲ ਨੇਗੇ ਇਹਦੇ ਅਤੇ ਆਹ ਇਹਦੇ 4 ਇੰਡੀਕੇਟਰ ਦੇ ਕੰਟਰੋਲ ਨੇਗੇ। ਆਹ ਉਰੇ ਇਹਦਾ ਚਾਰਜਰ ਦਾ ਸਾਕਟ ਦਿੱਤਾ ਹੋਇਆ 12 ਵੋਲਟ ਦਾ। ਅਤੇ ਹੁਣ ਆਪਾਂ ਚੱਲਦੇ ਹਾਂਗੇ ਪਿੱਛੇ ਅਤੇ ਅਸੀਂ ਨੇ ਇਹਦੇ ਪਿੱਛੇ ਸੀਟਾਂ ਹਰ ਲਵਾਈਆਂ ਨੇਗੀਆਂ ਅਤੇ ਸਾਈਡ ਫੇਸਿੰਗ ਸੀਟਾਂ ਆਉਂਦੀਆਂ ਨੇ ਅਤੇ ਆਪਣੇ ਫਰੰਟ ਫੇਸਿੰਗ ਸੀਟਾਂ ਲਵਾਈਆਂ ਨੇ ਇਹਦੇ, ਕਰੀਮ ਕਲਰ ਦੇ ਵਿੱਚ ਸਾਰਾ ਇੰਟੀਰੀਅਰ ਹੈਗਾ। ਅਤੇ ਇੱਥੇ ਆਪਾਂ ਨੇ ਦਿੱਤੇ ਹੋਏ ਨੇਗੇ ਹੈਂਡ ਰੈਸਟ ਅਤੇ ਆਹ ਇੱਧਰ ਗਰਾਸ ਦੀ ਮੈਟਿੰਗ ਸਾਰੀ ਗੱਡੀ ਦੇ ਵਿੱਚ ਹੋਈ ਹੋਈ ਹੈਗੀ ਅਤੇ ਆਹ ਬੈਕ ਮਿਰਰ ਆ ਗਿਆ ਅਤੇ ਉੱਪਰ ਸਨਰੂਫ ਆ ਗਈ। ਅਤੇ ਇਸ ਦੇ ਵਿੱਚ ਬਹੁਤ ਸਪੇਸ ਹੈ, ਦੋ ਬੰਦੇ ਦੇ ਵਿੱਚ, ਬੰਦਾ ਮੋਟਾ ਬੰਦਾ ਕਿਵੇਂ ਮਰਜ਼ੀ ਆਰਾਮ ਨਾਲ ਖੜ ਸਕਦਾ ਹੈਗਾ। ਸਕੋਡਾ ਲੋਰਾ ਦਾ ਇਹ ਸੈਕਿੰਡ ਹੈਂਡ ਸਨਰੂਫ ਲਾ ਕੇ ਦਿੰਦੇ ਨੇਗੇ ਉਹ। ਅਤੇ ਆ ਇਹਦੀ ਪਿੱਛੇ ਬੈਕ ਲਾਈਟ ਆ ਗਈ। ਅਤੇ ਇਹਦੇ ਜਿਹੜਾ ਸਟੀਅਰਿੰਗ ਹੈ ਇਹਦਾ ਗ੍ਰਿਪ ਬਹੁਤ ਵਧੀਆ ਹੈਗਾ ਅਤੇ ਇੱਧਰ ਸਾਈਡ 'ਤੇ ਵੀ ਖੜਨ ਦਿੱਤਾ ਹੈ ਕਿਉਂਕਿ ਬਾਊਂਸ ਬਹੁਤ ਕਰਦੀ ਹੈ ਗੱਡੀ ਜਦੋਂ ਆਪਾਂ ਭਜਾਉਂਦੇ ਹਾਂ 100 ਤੋਂ ਬਾਅਦ ਇਹ ਬਾਊਂਸ ਕਰਨਾ ਸਟਾਰਟ ਕਰ ਦਿੰਦੀ ਹੈਗੀ। ਥੋੜ੍ਹਾ ਥੋੜ੍ਹਾ ਰੋਡ ਦੇ ਉੱਤੇ ਤੇ ਆ ਫੜਨ ਦਿੱਤਾ ਹੋਏਗਾ, ਇੱਥੇ ਆਪਾਂ ਫੜ ਕੇ ਸੀਟ 'ਤੇ ਬੈਠ ਸਕਦੇ ਹਾਂਗੇ ਅਤੇ ਆਹ ਔਰ ਸਟੋਰੇਜ ਲਈ ਦਿੱਤਾ ਹੋਇਆ ਅਤੇ ਆਪਾਂ ਉਰੇ ਵੀ ਫੋਨ ਵਗੈਰਾ ਰੱਖ ਸਕਦੇ ਹਾਂਗੇ। ਇਹਦੇ ਵਿੱਚ ਹਜੇ ਤਾਂ ਪੇਪਰ ਵਰਕ ਪਏ ਆ ਕੋਈ ਆਪਣਾ ਗੱਡੀ ਦਾ। ਹੁਣ ਆਪਾਂ ਬਾਹਰੋਂ ਇੱਕ ਵਾਰ ਤੁਹਾਨੂੰ ਫੇਰ ਦਿਖਾਉਂਦੇ ਹਾਂ ਅਤੇ 3 ਡੋਰ ਦੇ ਵਿੱਚ ਆਉਂਦੀ ਹੈ ਕਿ 2 ਡੋਰ ਇਹਦੇ ਅੱਗੇ ਨੇਗੇ ਅਤੇ 1 ਡੋਰ ਇਹਦਾ ਪਿੱਛੇ ਹੈਗਾ ਅਤੇ ਡੋਰ ਇਹ ਐਂ ਖੁੱਲ੍ਹ ਜਾਂਦੇ, ਪਿੱਛੇ ਆਪਣਾ ਬੂਫਰ ਪਿਆ ਹੈਗਾ। ਬੂਫਰ ਤੋਂ ਬਾਅਦ ਵੀ ਇਹਦੇ ਵਿੱਚ ਥੋੜ੍ਹੀ ਜਿਹੀ ਜਗ੍ਹਾ ਬਚੀ ਹੋਈ ਹੈਗੀ ਆਪਾਂ ਨੇ ਜੇ ਕੁਛ ਸਮਾਨ ਰੱਖਣਾ ਹੈਗਾ ਅਤੇ ਸੀਟਾਂ ਫੋਲਡ ਹੋ ਜਾਂਦੀਆਂ ਨੇਗੀਆਂ।
ਤੇ ਆਪਾਂ ਨੂੰ ਇਹ ਜੇ ਆਪਾਂ ਨੇ ਛੱਤੇ ਵੀ ਰੱਖਣੀ ਛੱਤੇ ਵੀ ਟਿਕ ਜਾਂਦੇ ਨੇ ਤੇ ਉਹਦੇ ਲਈ ਆਪਾਂ ਨੂੰ ਹੈਂਡ ਰੈਸਟ ਕੱਢਣਾ ਪੈਂਦਾ ਇਧਰੋਂ ਸਾਈਡ ਤੋਂ ਤੇ ਇਹਨੂੰ ਆਪਾਂ ਕੱਢ ਕੇ ਆਏ ਛੱਤੇ ਵੀ ਲਾ ਸਕਦੇ ਹਾਂ ਜੀ ਤੇ ਇੱਧਰ ਲਈ ਵੀ ਇਹ ਸੇਮ ਇਸੇ ਤਰੀਕੇ ਨਾਲ ਫਿੱਟ ਹੋ ਜਾਂਦੀ ਹੈ ਜੀ ਅਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਣੇ ਆਹ ਸੀਟ ਵੀ ਉੱਪਰ ਟੰਗ ਚੁੱਕੇ ਹੋਗੇ ਅਤੇ ਉਸ ਤੋਂ ਬਾਅਦ 'ਚ ਕਿੰਨੀ ਜਗ੍ਹਾ ਬਚ ਚੁੱਕੀ ਹੈਗੀ ਅਤੇ ਜਿਹੜੇ ਆਰਮ ਰੈਸਟ ਨੇ ਇਹਦੇ ਵਿੱਚ ਵੀ ਆਪਾਂ ਨੂੰ ਦੋ ਦੋ ਕੱਪ ਹੋਲਡਰ ਦਿੱਤੇ ਹੈਗੇ ਨੇ ਇੱਧਰ ਤੁਸੀਂ ਦੇਖ ਸਕਦੇ ਹੋਗੇ ਅਤੇ ਆਪਣਾ ਬੂਫਰ ਹੈਗਾ 1200 ਵਾਟ ਦਾ JBL ਦਾ ਅਤੇ ਆਹ ਪੋਕਟ ਦਿੱਤੇ ਹੋਏ ਨੇ ਇਹਦੇ ਡੋਰ ਦੇ ਵਿੱਚ ਵੀ ਤਾਂ ਜੇ ਆਪਾਂ ਨੇ ਕੋਈ ਸਮਾਨ ਰੱਖਣਾ ਹੋਵੇ ਤਾਂ ਇਹਦੇ ਵਿੱਚ ਰੱਖ ਸਕਦੇ ਹੈਗੇ ਅਤੇ ਆਹ ਅਲੋਏ ਵੀਲ ਜਿਹੜਾ ਪਿਛਲੇ ਟਾਇਰ ਇਹਦੇ ਲਵਾਏ ਨਹੀਂ ਗਏ ਸਾਨੂੰ ਇੱਦਾਂ ਹੀ ਵਧੀਆ ਲੱਗਦਾ ਹੈਗਾ ਇਹ ਅਤੇ ਆਪਣੇ ਜੇ ਬੈਕ ਡੋਰ ਵੀ ਬੰਦ ਕਰਨਾ ਉਸ ਤੋਂ ਪਹਿਲਾਂ ਆਪਾਂ ਨੂੰ ਆਹ ਬੰਦ ਕਰਨਾ ਪੈਂਦਾ ਹੈਗਾ ਅਤੇ ਉਸ ਤੋਂ ਬਾਅਦ ਆਪਣੇ ਐਂ ਬੰਦ ਹੋ ਜਾਂਦਾ ਹੈਗਾ ਇਹ ਦੋ ਪਾਰਟਸ ਦੇ ਵਿੱਚ ਆਉਂਦਾ ਹੈਗਾ ਅਤੇ ਆਪਾਂ ਇਹਨੂੰ ਸਿੰਗਲ ਡੋਰ ਵੀ ਕਰਾ ਸਕਦੇ ਵੈਸੇ ਅਸੀਂ ਸਾਨੂੰ ਡਬਲ ਡੋਰ ਹੀ ਵਧੀਆ ਲੱਗਦੀ ਹੈਗੀ ਇਹ ਅਤੇ ਇਸਦਾ ਇੰਜਣ ਹੈਗਾ ਇਹ CRD ਇੰਜਣ 2600 CC ਦਾ ਇੰਜਣ ਹੁੰਦਾ ਹੈਗਾ ਅਤੇ 6 ਸਿਲੰਡਰ ਇੰਜਣ ਹੈਗਾ ਇਹ ਅਤੇ ਇੱਕ ਸਾਈਡ 'ਤੇ ਬੈਂਟਰੀ ਦਿੱਤੀ ਹੋਏਗੀ ਅਤੇ ਆਹ ਸਕਿਉਰਟੀ ਅਲਾਰਮ ਰੇਡੀਏਟਰ ਫਿਲਟਰ ਦਿੱਤਾ ਹੋਏਗਾ ਇਹਦਾ ਅਤੇ ਹੁਣ ਆਪਾਂ ਗੱਲ ਕਰਦੇ ਇਹਦੇ ਮਾਡਲ ਬਾਰੇ ਇਹ 2016 ਦਾ ਮਾਡਲ ਹੈਗਾ ਅਤੇ 50,000 ਚੱਲੀ ਲਿੱਤੀ ਤੀ ਆਪਣੇ ਸੈਕਿੰਡ ਹੈਂਡ ਸਰਹੰਦ ਤੋਂ ਲਿੱਤੀ ਸੀਗੀ ਅਤੇ ਨੰਬਰ ਤੁਸੀਂ ਇਹਦਾ ਦੇਖਿਆ ਹੈਗਾ PV 65 ਮੋਹਾਲੀ ਦੇ ਨੰਬਰ ਹੈਗਾ ਅਤੇ ਅਸੀਂ 7 ਲੱਖ ਰੁਪਏ ਦੀ ਲਿੱਤੀ ਸੀ ਇਹ ਅਤੇ ਉਸ ਤੋਂ ਬਾਅਦ 1 ਲੱਖ ਰੁਪਏ ਦੇ ਉੱਤੇ ਆਹ ਲੱਗ ਗਿਆ ਇਹਦੇ ਸੈਮੀ ਆਟੋਪ ਅਤੇ ਸੰਡਰੂ ਵਗੈਰਾ ਫਿੱਟ ਕਰਾਏਗਾ ਅਤੇ ਸਾਰਾ ਅੰਦਰੋਂ ਇੰਟੀਰੀਅਰ ਕੰਮ ਕਰਾਏਗਾ ਸਰਵਿਸ ਇਹਦੀ ਅਸੀਂ ਆਪ ਕਰਾਈਏਗੀ ਬਾਕੀ ਤੁਸੀਂ ਦੇਖ ਸਕਦੇ ਹੋਗੇ ਗੱਡੀ ਵਧੀਆ ਕੰਡੀਸ਼ਨ ਦੇ ਵਿੱਚ ਸੀਗੀ ਬਾਕੀ ਆਪਾਂ ਜੇ ਗੱਲ ਕਰੀਏ ਵੀ ਇਹ ਗੱਡੀ ਸ਼ੌਂਕ ਲਈ ਤਾਂ ਵਧੀਆ ਹੈਗੀ ਬਾਕੀ ਵੀ ਪਰਿਵਾਰਕ ਗੱਡੀ ਨਹੀਂ ਹੈਗੀ ਇਹ ਵੀ ਜਿਵੇਂ ਕੋਈ ਵੱਡੇ ਹੁੰਦੇ ਨੇਗੇ ਬਜ਼ੁਰਗ ਹੁੰਦੇ ਨੇਗੇ ਉਹਨਾਂ ਲਈ ਗੱਡੀ ਨਹੀਂ ਹੈਗੀ ਇਹ ਵੀ ਪਿੱਛੇ ਬੈਠਣਾ ਕਰਨਾ ਬਹੁਤ ਔਖਾ ਹੈਗਾ ਇਹਦੇ ਵਿੱਚ ਨੌਜਵਾਨਾਂ ਲਈ ਠੀਕ ਹੈ ਗੱਡੀ ਉਹਨਾਂ ਨੂੰ ਕੋਈ ਇੰਨੀ ਉਹ ਨਹੀਂ ਹੁੰਦੀ ਪਰੇਸ਼ਾਨੀ ਨਹੀਂ ਹੁੰਦੀ ਹੈਗੀ ਪਿੱਛੇ ਜਾਣ 'ਚ ਅਤੇ ਆਪਾਂ ਨੂੰ ਮੂਹਰੋਂ ਵੀ ਜਾ ਸਕਦੇ ਹਾਂ ਪਿੱਛੋਂ ਵੀ ਜਾ ਸਕਦੇ ਹਾਂਗੇ ਫਿਰ ਵੀ ਪਰ ਬਜ਼ੁਰਗਾਂ ਨੂੰ ਪਰੇਸ਼ਾਨੀ ਹੁੰਦੀ ਹੈਗੀ ਇਸ ਚੀਜ਼ 'ਚ ਸਟੀਅਰਿੰਗ ਵੀਲ ਇਹਦਾ ਥੋੜ੍ਹਾ ਜਿਹਾ ਹਾਰਡ ਰਹਿੰਦਾ ਹੈਗਾ ਪਰ ਗ੍ਰਿਪ ਵਧੀਆ ਹੈ ਸਟੀਅਰਿੰਗ ਵੀਲ ਦੀ ਅਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਣਾ ਭੁੱਲ ਗਿਆ ਬਾਰ ਲਾਈਟ ਲੱਗੀ ਹੋਈ ਉੱਪਰ ਵੈਸੇ ਇਸ ਚੀਜ਼ ਨੂੰ ਗਵਰਨਮੈਂਟ ਵੱਲੋਂ ਬੰਦ ਕੀਤਾ ਗਿਆ ਪਰ ਸ਼ੌਂਕ ਲਈ ਲਵਾਈ ਜਾਂਦੇ ਨੇ ਸਾਰੇ ਤੁਸੀਂ ਬਾਕੀ ਤੁਸੀਂ ਸਾਰੀ ਗੱਡੀ ਦੇਖ ਚੁੱਕੇ ਹੋਗੇ ਬਾਕੀ ਜੇ ਕੋਈ ਕਮੀ ਪੇਸ਼ੀ ਹੋ ਗਈ ਤਾਂ ਉਸ ਲਈ ਮਾਫ਼ ਕਰਨਾ ਪਹਿਲੀ ਵਾਰ ਵੀਡੀਓ ਬਣਾਈ ਹੈ ਅਤੇ ਸਾਨੂੰ ਇੰਨਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਇਸ ਚੀਜ਼ ਦਾ ਅਤੇ ਤੁਸੀਂ ਸਾਨੂੰ ਕਮੈਂਟ ਕਰਕੇ ਕੋਈ ਮੋਡੀਫਿਕੇਸ਼ਨ ਬਾਰੇ ਵੀ ਦੱਸ ਸਕਦੇ ਹੋਰ ਅਸੀਂ ਕੀ ਕਰਵਾ ਸਕਦੇ ਹਾਂਗੇ ਤੈਨੂੰ ਪਾਉਣ ਦੀ ਡਿਜ਼ਾਇਰ ਵਿੱਚ ਟੱਪੀ ਆਉਂਦੇ ਲਹਿਰ ਦੇਖ ਗੱਡੀ ਮਸ ਟੈਂਗ ਪਾਉਂਦੀ ਕਾਇਰ।